ਕੰਮ ਇਸ ਘਰ ਚ ਜਦੋਂ ਦੀ ਆਈ ਆ ਕੰਮ ਵਾਲੀ ਬਣ ਕੇ ਰਹਿ ਗਈ ਆ। ਹਾਏ ਰੱਬਾ, ਕਿਹੜੇ ਜਨਮ ਦਾ ਬਦਲਾ ਮੈਨੂੰ ਲਿਆ ਸੀ। ਕਿਤੇ ਇਸ ਵੇਲਣ ਦੇ ਨਾਲ ਮੈਨੂੰ ਫਸਾਉਣ ਤੋਂ ਪਹਿਲਾਂ ਕੋਈ ਹਿੰਟ ਤਾਂ ਦਿੱਤਾ ਹੁੰਦਾ, ਘੱਟੋ ਘੱਟ ਬਚ ਤਾਂ ਜਾਂਦੀ। ਚਾਰ ਬੋਤਲਾਂ ਪੀਤੀਆਂ ਤਾਂ ਹੀ ਤੈਨੂੰ ਮੈਂ ਦੇਖਦੀ ਨੀ ਪਈ। ਕੀ ਹਾਲ ਚਾਲ ਹੈ? ਕਿਸੇ ਹੋਰ ਦੀ ਜਨਾਨੀ ਕੋ ਆਏ? ਹਾਲ ਚਾਲ ਤਾਂ ਏਦਾਂ ਪੁੱਛਦੇ। ਓਹੋ, ਹਾਲ ਚਾਲ ਪੁੱਛਣਾ ਹੁੰਦਾ? ਦੇਖੋ, ਸਵੇਰੇ ਤੁਸੀਂ ਬੇਹਾਲ ਸੀ, ਹੁਣ ਹਾਲ ਚਾਲ ਠੀਕ ਹੋ ਗਏ ਹੋਣੇ। ਮੈਂ ਤਾਂ ਪੁੱਛ ਲਿਆ, ਠੀਕ ਆ? ਕਿੱਥੇ ਠੀਕ ਆ, ਸਾਰਾ ਦਿਨ ਕੰਮ ਕੰਮ ਕੰਮ, ਤੇ ਸਵੇਰ ਤੇ ਤੁਸੀਂ ਨਿਕਲੇ ਪਏ, ਰਾਤ ਦੇ 10 ਵੱਜ ਗਏ, ਹੁਣੇ ਘਰ ਆਉਂਦੇ ਪਏ, ਕਿੱਥੇ ਸੀ? ਜੈਸੀ, ਤੁਹਾਨੂੰ ਤਾਂ ਪਤਾ ਹੀ ਹੈ, ਕੰਮ ਕਾਰ ਬਹੁਤ ਹੈ, ਸ਼ਕੀਨ ਜੱਟ ਦੇ ਬਹੁਤ ਜ਼ਿਆਦਾ ਬਿਜ਼ੀ ਸੀ ਕੰਮਾਂ ਕਾਰਾਂ ਦੇ ਵਿੱਚ। ਪਤਾ ਮੈਨੂੰ ਤੁਹਾਡੇ ਕਿਹੜੇ ਕੰਮਾਂ ਕਾਰਾਂ 'ਚ ਤੁਸੀਂ ਬਿਜ਼ੀ ਸੀ? ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਇੱਕ ਆਪਣੀ ਜਨਾਨੀ ਘਰ ਰੱਖੀ, ਉਹਦੀ ਵੀ ਟੇਕ ਕੇਅਰ ਕਰੀ ਦੀ ਹੈ। ਇੱਕ ਰੱਖੀ ਦਾ ਮਤਲਬ ਕੀ ਹੁੰਦਾ? ਬਾਕੀਆਂ ਨੇ ਦੋ ਦੋ ਤਿੰਨ ਤਿੰਨ ਰੱਖੀਆਂ ਹੋਈਆਂ। ਬਾਕੀਆਂ ਦਾ ਤਾਂ ਪਤਾ ਨਹੀਂ, ਜਿਹੜੀ ਆ ਇੱਕ ਤੁਸੀਂ ਰੱਖੀ ਹੈ ਨਾ, ਮੈਂ ਵੀ ਛੱਡ ਕੇ ਚੱਲ ਜਾਣਾ। ਗੁੱਸਾ ਕਿਉਂ ਕਰ ਰਹੇ? ਗੁੱਸਾ ਕਿਉਂ ਕਰ ਰਹੇ? ਮੈਨੂੰ ਦੱਸੋ ਤੁਸੀਂ, ਹੋਇਆ ਕੀ ਆ? ਮੈਂ ਕੀਤਾ ਕੀ? ਓਹੋ, ਅੱਜ ਮੰਨ ਲਿਆ, ਮੈਂ ਸੁਣ ਲਿਆ ਸੀਗਾ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਸੀ, ਅੱਜ ਦੋ ਦੇ ਬਦਲੇ ਚਾਰ, ਮੰਨ ਲਿਆ, ਅੱਜ ਹੋ ਗਈ ਥੋੜੀ ਜਿਹੀ ਜ਼ਿਆਦਾ ਹੋ ਗਈ, ਥੋੜੀ ਜਿਹੀ। ਸਵੇਰ ਦੇ ਕਿੱਥੇ ਸੀ, ਘਰ ਕਿਉਂ ਨਹੀਂ ਆਏ? ਯਾਰ, ਦੋਸਤ ਮਿਲ ਗਏ ਸੀ, ਉਹ ਕਹਿੰਦੇ ਕਿੰਨੇ ਸਾਲਾਂ ਬਾਅਦ ਮਿਲਿਆ, ਅੱਜ ਫਿਰ ਮਹਿਫਲ ਲੱਗਣੀ ਚਾਹੀਦੀ ਆ। ਉਹ ਫਿਰ ਕੀ ਸੀ, ਸ਼ਕੀਨ ਜੱਟ ਬਹਿ ਗਿਆ, ਫਿਰ ਜਦ ਬੈਠਾ ਹੁਣ ਉੱਠ ਕੇ ਆਇਆ, ਉਹ ਤਾਂ ਮੈਨੂੰ ਛੱਡ ਨਹੀਂ ਰਹੇ ਸੀ, ਮੈਂ ਤਾਂ ਫਿਰ ਬੈਠਾ ਹੀ ਰਿਹਾ। ਮੈਂ ਕਿਹਾ ਕੋਈ ਗੱਲ ਨੀ, ਤੁਸੀਂ ਮੰਗਾਈ ਜੋ, ਮੈਂ ਪੀ ਜਾਣਾ, ਮੇਰੇ ਕਿਹੜਾ ਪੈਸੇ ਲੱਗਣੇ ਆ। ਨਾਲੇ ਕੋਈ ਜੇ ਤੰਗ ਕਰਨ ਆਏ, ਸਿੱਧਾ ਠਾ ਠਾ ਕਰ ਦੇਣੀ ਆ, ਤੇ ਬਾਅਦ ਚ ਮੈਨੂੰ ਦੱਸ ਦੇਣਾ ਆ, ਮੈਂ ਅਲੱਗ ਚ ਠਾ ਠਾ ਕਰ ਦਾਂਗਾ। ਆਇਆ ਤਾਂ ਨੀ ਸੀ ਘਰ ਦੇ ਵਿੱਚ ਕੋਈ? ਜੇ ਕੋਈ ਆਇਆ ਹੁੰਦਾ ਨਾ ਤੇ ਸ਼ੁਕਰ ਕਰਦੀ ਮੈਂ, ਇੱਥੇ ਤਾਂ ਨਾ ਮੈਨੂੰ ਰਹਿਣਾ ਪੈਂਦਾ। ਕੀ ਕਹਿ ਰਹੇ ਕੀ ਉਹ? ਮੈਨੂੰ ਦੱਸੋ, ਗੱਲ ਸੁਣੋ, ਕੋਈ ਇੱਜ਼ਤ ਨਾਮ ਦੀ ਗੱਲ ਹੈਗੀ ਨਹੀਂ ਹੈਗੀ? ਹੈ ਭਾਈ, ਮਰਦਾ ਦੀ ਗੱਲ ਕਰ ਰਹੇ ਹੋ ਮੇਰੇ ਅੱਗੇ, ਨਾਲੇ ਕਿਹਨਾਂ ਦੀ ਗੱਲ ਕਰ ਰਹੇ ਸੀ? ਗੱਲਾਂ ਨਾ ਘੱਟ ਮਾਰਿਆ ਕਰੋ ਤੁਸੀਂ, ਏਦਾਂ ਮੈਨੂੰ ਸਭ ਸਮਝ ਆਉਂਦਾ ਹੈ। ਨਾਲੇ ਮੇਰੀ ਗੱਲ ਸੁਣੋ, ਗੁੱਸਾ ਕਿਉਂ ਆ, ਤੇ ਨਾਲੇ ਸਫਾਈ ਕਿਉਂ ਨੀ ਕੀਤੀ? ਇੰਨਾ ਗੰਦਾ ਕਿਉਂ ਕੀਤਾ ਹੋਇਆ? ਸਰੀਰ ਦੀ ਮੈਂ ਦੋ ਵਾਰੀ ਸਫਾਈ ਕਰ ਲਈ, ਫਿਰ ਵੀ ਤੁਹਾਨੂੰ ਗੰਦਾ ਲੱਗਦਾ ਹੈ? ਬਿਲਕੁਲ ਸਿੱਧੇ ਖੜੇ ਹੋਣ ਤਾਂ ਮੈਨੂੰ ਪਤਾ ਲੱਗਦਾ ਪਿਆ ਕਿੰਨੇ ਕੁ ਫਿੱਟ ਐਂਡ ਫਾਈਨ ਆ ਤੁਸੀਂ। ਓ ਬਾਬੂ, ਕਦੀ ਕਦੀ ਹੋ ਜਾਂਦਾ ਹੁੰਦਾ, ਮੈਂ ਕਿਹੜਾ ਰੋਜ਼ ਪੀਨਾ ਆ, ਦੱਸੋ ਮੈਨੂੰ, ਆ ਕੱਲ ਪੀਤੀ ਸੀ ਨਹੀਂ ਪੀਤੀ ਸੀ ਨਾ, ਦੱਸੋ, ਐਵੇਂ ਗੱਲਾਂ ਕਰਦੇ ਰਹਿੰਦੇ। ਤੁਹਾਨੂੰ ਬਿਲਕੁਲ ਵੀ ਖਿਆਲ ਨਹੀਂ ਆਉਂਦਾ ਕਿ ਤੁਸੀਂ ਆਪਣੀ ਵਾਈਫ ਦਾ ਵੀ ਧਿਆਨ ਰੱਖਣਾ ਹੈ? ਆਉਂਦਾ ਹੈ, ਪਰ ਕੀ ਕਰੀਏ, ਤੁਸੀਂ ਨਾ ਡਿਮਾਂਡਾਂ ਬਹੁਤ ਵੱਡੀਆਂ ਰੱਖ ਦਿੰਦੇ ਹੋ, ਤੇ ਫਿਰ ਮੇਰਾ ਦਿਲ ਕਰਦਾ ਕਿ ਮੈਂ ਇਹਦੇ ਨਾਲ ਚੰਗਾ ਖੇਤਾਂ 'ਚ ਕੰਮ ਕਰਦਾ ਹੀ ਵਧੀਆ ਲੱਗਦਾ ਹਾਂ, ਘਰ ਆ ਕੇ ਜਿੰਨੇ ਪੈਸੇ ਕਮਾਏ ਹੁੰਦੇ ਆ। ਸੱਚ ਬੋਲ ਦਿੱਤਾ ਸਾਰਾ ਕੁਝ। ਕਿਹੜੇ ਪੈਸੇ ਦੀ ਗੱਲ ਹੋਈ, ਕਿਹੜੀ ਕਮਾਈਆਂ ਤੁਸੀਂ ਕਰਦੇ ਆ ਨਾ, ਮੈਨੂੰ ਸਾਰਾ ਕੁਝ ਪਤਾ, ਲੋਕੀ ਆਪ ਘਰ ਆ ਕੇ ਦੱਸ ਜਾਂਦੇ ਮੈਨੂੰ। ਅੱਜ ਕਿਹੜਾ ਆ ਗਿਆ ਓਏ ਘਰ, ਅੱਜ ਇਹਨੇ ਅੱਜ ਫਿਰ ਮੇਰੇ ਦੁਆਲੇ ਕਰਾ ਦਿੱਤੀ, ਕੌਣ ਆਇਆ ਸੀ ਅੱਜ ਘਰ, ਮੈਨੂੰ ਦੱਸੋ। ਅੱਜ ਘਰ ਤਾਂ ਕੋਈ ਨੀ ਆਇਆ, ਪਰ ਤੁਹਾਡੀਆਂ ਹਰਕਤਾਂ ਮੈਨੂੰ ਪਤਾ ਲੱਗ ਜਾਂਦੀਆਂ। ਕਿਤੇ ਪਰਨੀਤ ਕੌਰ ਤਾਂ ਨਹੀਂ ਆਈ ਸੀ? ਸ਼ੁਕਰ ਹੈ ਤੁਹਾਨੂੰ ਯਾਦ ਆ ਕਿ ਤੁਸੀਂ ਉਹਦੇ ਵੀ ਪੈਸੇ ਦੇਣੇ ਆ, ਮੈਂ ਤਾਂ ਤੁਹਾਡੀ ਬੇਸ਼ਰਮੀ ਤੋਂ ਇੰਨੀ ਕੁ ਦੁਖੀ ਹੋ ਚੁੱਕੀ ਆ ਨਾ, ਮੈਨੂੰ ਸਮਝ ਨਹੀਂ ਆਉਂਦੀ ਮੈਂ ਕਵਾਂਗੀ ਤੁਹਾਨੂੰ। ਓਹੋ, ਮੈਂ ਤਾਂ ਉਹਦੇ ਘਰ ਗਿਆ ਸੀਗਾ, ਮੈਂ ਤੁਹਾਨੂੰ ਇਹ ਕਹਿਣ ਗਿਆ ਸੀ, ਹੁਣ ਤਾਂ ਆਪਣੀ ਬਹੁਤ ਜ਼ਿਆਦਾ ਜਾਣ ਪਛਾਣ ਹੈ, ਅਸੀਂ ਹੁਣ 7000 ਦੇ
6000 ਵਾਪਸ ਮੋੜ ਦੇਵਾਂਗੇ। ਉਹ ਤਾਂ ਗੁੱਸਾ ਹੀ ਕਰ ਗਈ। ਉਹ ਤਾਂ ਮੈਨੂੰ ਕਹਿੰਦੀ ਸੀਗੀ ਕਿ ਕੋਈ ਗੱਲ ਨੀ ਤੁਸੀਂ 5 ਦੇ ਦਿਓ 5 ਦੇ ਦਿਓ। ਉਸ ਘਰ ਆ ਕੇ ਤੈਨੂੰ ਸੁਣਾ ਗਈ। ਵੈਰੀ ਬੈਡ ਵੈਰੀ ਬੈਡ ਵੈਰੀ ਬੈਡ ਸ਼ੁਕੀਨ ਜੱਟ ਦਾ ਧੋਖਾ ਕੀਤਾ ਉਹਨੇ ਧੋਖਾ। ਜਿਹੜਾ ਤੁਸੀਂ ਧੋਖੇ ਦੀ ਗੱਲ ਕਰਦੇ ਪਏ ਹੋ ਨਾ, ਮੇਰੀ ਜਿਹੜੀ ਥੋੜੀ ਬਹੁਤੀ ਇੱਜ਼ਤ ਸੀਗੀ ਨਾ, ਉਹ ਵੀ ਤੁਸੀਂ ਖਰਾਬ ਕਰ ਰਹੇ ਆ ਜਾ ਕੇ। ਜੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਉਹ ਮੈਨੂੰ ਜਾਣਦੀ ਆ ਤੇ ਤੁਸੀਂ ਉਹਦੇ ਘਰ ਚਲੇ ਗਏ ਤੇ ਉਤੋਂ ਜਨਾਬ ਕਹਿ ਰਹੇ ਨੇ ਕਿ 7 ਦਾ ਵੀ ਹੁਣ 6 ਹੀ ਦਵਾਂਗੇ, ਥੋੜੀ ਤਾਂ ਇੱਜ਼ਤ ਰਹਿਣ ਦਿਓ। ਕਿਹੜੀ ਇੱਜ਼ਤ ਕਿਹੜੀ ਇੱਜ਼ਤ, ਮੇਰੀ ਗੱਲ ਸੁਣੋ, ਆ ਕਿਹੜੀ ਇੱਜ਼ਤ ਦੀ ਗੱਲ ਕਰ ਰਹੇ ਆ? ਆ ਸਾਰਾ ਕੁਝ ਪਤਾ ਕਿਹਦੇ ਕਰਕੇ ਹੋਇਆ? ਇਹ ਤੁਹਾਡੇ ਕਰਕੇ ਹੋਇਆ। ਨਾ ਮੈਂ ਉਹਨਾਂ ਕੋਲ ਮੰਗਣ ਜਾਂਦਾ ਤੇ ਨਾ ਤੁਸੀਂ ਮੈਨੂੰ ਡਿਮਾਂਡ ਕਰਦੇ। ਆ ਤੁਹਾਡੀ ਡਿਮਾਂਡ ਹੀ ਬਹੁਤ ਜ਼ਿਆਦਾ ਵੱਡੀ ਵੱਡੀ ਹੁੰਦੀ ਹੈ। ਮੈਂ ਜੇ ਕੋਈ ਡਿਮਾਂਡ ਕਰਦੀ ਆ ਤੇ ਇਹਦਾ ਮਤਲਬ ਇਹ ਨਹੀਂ ਤੁਸੀਂ ਮੰਗਣ ਚੱਲ ਜਾਓ। ਬਾਬੂ ਤੁਹਾਡੇ ਲਈ ਤਾਂ ਮੰਗਣ ਗਿਆ ਸੀ, ਮੈਂ ਆਪਣੇ ਬਾਬੂ ਨੂੰ ਸੈਡ ਨਹੀਂ ਨਾ ਹੁੰਦੇ ਦੇ ਸਕਦਾ। ਸੈਡ ਦੀਆਂ ਜਿਹੜੀਆਂ ਤੁਸੀਂ ਗੱਲਾਂ ਕਰਦੇ ਆ ਨਾ, ਤੁਹਾਨੂੰ ਤਾਂ ਖਿਆਲ ਹੀ ਨਹੀਂ ਹੈਗਾ, ਬਸ ਵਿਆਹ ਕੇ ਘਰੇ ਰੱਖੀ ਪਈ, ਨਾ ਕਿਤੇ ਮੈਨੂੰ ਲੈ ਕੇ ਜਾਂਦੇ ਨਾ ਮੈਨੂੰ ਕੁਝ ਲੈ ਕੇ ਦਿੰਦੇ। ਹੁਣ ਸ਼ਕੀਨ ਜੱਟ ਨੇ ਲੈ ਕੇ ਵੀ ਜਾਣਾ, ਹੁਣ ਮੋਟਰ ਗੱਡੀ ਲੈ ਲਗਾ ਮੋਟਰ ਗੱਡੀ। ਓਏ ਦੇਖੀ ਆਪਾਂ ਕਦੇ ਓਂ ਕਰਕੇ ਜਾਣਾ, ਕਦੇ ਓਂ ਕਰਕੇ ਆਣਾ। ਆ ਤਾਂ ਇਸ ਮੋਟਰ ਗੱਡੀ ਦੀ ਓਂ ਕਿੱਥੋਂ ਕਰਨਾ? ਔਰ ਇਸ ਦਰਜ ਕਰ ਰਹੇ ਆ ਕਰ ਰਹੇ ਆ। ਔਰ ਮਿਲ ਜਾਗਾ ਬੰਦਾ। ਓਏ ਰੱਬਾ ਇੱਡਾ ਬਸ਼ਰਮ ਇਨਸਾਨ, ਮੈਂ ਕਦੀ ਨਹੀਂ। ਔਰ ਨਹੀਂ ਨਹੀਂ ਨਹੀਂ, ਕਦੀ ਨਾ ਮਿਹਨਤ ਨਹੀਂ ਖਾ ਲੋ। ਓਹੋ ਮੈਂ ਓਹੋ ਅਬ ਗੱਲ ਤਾਂ ਬੁਰੀ ਸੁਣ ਲਿਆ ਕਰੋ, ਕਹਿ ਰਿਹਾ ਵੀ ਸਰਚ ਕਰ ਰਹੇ ਆ, ਹੁਣ ਜੋਬ ਲੱਭਾਂਗੇ ਅਸੀਂ, ਜੋਬ ਤੇ ਨੌਕਰੀ ਕਰਾਂਗੇ, ਇੰਨਾ ਸਾਰਾ ਪੈਸਾ ਇਕੱਠਾ ਕਰਕੇ ਇੰਨਾ ਜਿਹਾ ਪੈਸਾ ਦੇ ਕੇ ਮੋਟਰ ਗੱਡੀ ਲੈ ਕੇ ਆਵਾਂਗੇ। ਔਰ ਫਿਰ ਘੁੰਮਣ ਨੌਕਰੀ ਕਰਨੀ ਫਿਰ ਹੁਣ ਪੋਲਟਰੀ ਫਾਰਮ ਚ ਲੱਗ ਜਾਂਦੇ ਆ। ਆਪਣਾ ਖਰਚਾ ਵੀ ਵੱਧ ਜਾਇਆ ਕਰੇਗਾ, ਸਾਨੂੰ ਤਾਂ ਪਤਾ ਹੀ ਹੈ। ਦੋ ਦੀਆਂ ਚਾਹ ਪੀਣ ਲਈ ਤੁਹਾਡੇ ਕੋਲ ਪੈਸੇ ਹੈਗੇ ਆ, ਤੁਹਾਨੂੰ ਇਹ ਨਹੀਂ ਪਤਾ ਸਵੇਰ ਦੀ ਤੁਹਾਡੀ ਘਰ ਵਾਲੀ ਘਰ ਕੱਲੀ ਆ, ਉਹਨੇ ਕੁਝ ਖਾਧਾ ਵੀ ਕਿ ਨਹੀਂ? ਉਹ ਤੁਹਾਨੂੰ ਜਿੱਤੇ ਮਿੱਤੇ ਹੋਣੀ ਸਮਾਨ ਨਹੀਂ ਫੜਾ ਕੇ ਗਏ ਖਾਣ ਦਾ? ਕਿਹੜਾ ਸਮਾਨ? ਹੋ ਹੋ ਅੱਜ ਆ ਲੈਂਦੇ ਹੋ, ਚਲੋ ਅੱਜ ਕੀ ਆਣਾ, ਹੁਣ ਤਾਂ ਰਾਤ ਹੀ ਬਹੁਤ ਹੋ ਗਈ ਹੈ, ਕੱਲ ਸਵੇਰੇ ਉਹਨਾਂ ਨੂੰ ਮੈਂ ਦੱਸਦਾ ਹੈ। ਉਹ ਕੋਈ ਗੱਲ ਨਹੀਂ, ਅੱਜ ਤੁਸੀਂ ਏਦਾਂ ਹੀ ਸੌਂ ਜਾਓ। ਨਹੀਂ ਨਹੀਂ, ਏਦਾਂ ਤਾਂ ਸਵਾ ਹੀ ਨਹੀਂ ਸਕਦੇ, ਆਪੇ ਬਾਹਰੋਂ ਖਾ ਪੀ ਕੇ ਆ ਗਏ, ਅਵਾਰਾ ਗਰਦੀ ਕਰਕੇ ਇੰਨੀ ਰਾਤ ਨੂੰ ਘਰ ਵੜਦੇ ਪਏ ਆ ਤੇ ਹੁਣ ਮੈਨੂੰ ਕਹਿੰਦੇ ਏਦਾਂ ਹੀ ਸੋ ਜਾ? ਤੁਹਾਨੂੰ ਕੋਈ ਖਿਆਲ ਨਹੀਂ ਹੈਗਾ, ਕੋਈ ਖਿਆਲ ਨਹੀਂ ਤੁਹਾਨੂੰ ਕਿ ਮੈਂ ਜੈਸੀ ਤੁਹਾਡੇ ਨਾਲ ਵਿਆਹ ਹੀ ਪਈ ਹੈ? ਸ਼ੁਕਰ ਕਰੋ ਮੇਰਾ, ਜਿਹੜੀ ਤੁਹਾਡੇ ਨਾਲ ਕੱਟ ਲਈ ਹੈ ਤੇ ਤੁਹਾਡੇ ਨਾਲ ਕੱਟ ਰਹੀ ਹੈ। ਮੇਰੀ ਜਗ੍ਹਾ ਕੋਈ ਹੋਰ ਕੁੜੀ ਹੁੰਦੀ ਨਾ, 1 ਘੰਟਾ ਨਾ ਟਿਕਦੀ ਤੇ ਬਸ ਇਹੀ ਗੱਲ ਜਿਹਦੇ ਕਰਕੇ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ। ਮੇਰੀ ਗੱਲ ਸੁਣੋ, ਗੱਲ ਸੁਣੋ, ਕਿਹੜਾ ਪਿਆਰ ਨਹੀਂ ਕਰਦੀ? ਇੱਧਰ ਆ, ਇਹ 1 ਸਾਲ 72 ਦਿਨ ਹੋ ਗਏ ਸਾਡੇ ਵਿਆਹ ਨੂੰ ਤੇ ਹੁਣ ਕਹਿੰਦੀ ਹੈ ਮੈਂ ਤੈਨੂੰ ਪਿਆਰ ਨਹੀਂ ਕਰਦੀ। ਉਹ ਪਿਆਰ ਤਾਂ ਤੁਸੀਂ ਮੈਨੂੰ ਉਦੋਂ ਵੀ ਨਹੀਂ ਕੀਤਾ ਸੀ, ਪਰ ਕਰਨਾ ਚਾਹੀਦਾ ਸੀ। ਉਹ ਇੰਨਾ ਕੁਝ ਮੈਂ ਤੁਹਾਡੇ ਲਈ ਕਰ ਦਿੱਤਾ ਹੈ, ਇੰਨਾ ਵੱਡਾ ਘਰ ਬਣਾ ਦਿੱਤਾ ਹੈ, ਮੋਟਰ ਗੱਡੀ ਵੀ ਲੈ ਲੱਗੇ, ਹੁਣ ਮੋਟਰ ਗੱਡੀ ਉੱਥੇ ਘੁੰਮਣ ਵੀ ਜਾਇਆ ਕਰਾਂਗੇ, ਤੇਲ ਵੀ ਆਪਾਂ ਪਵਾਇਆ ਕਰਾਂਗੇ, ਪਰ ਤੁਸੀਂ ਕਿਹੜੀ ਗੱਲ ਕਰਦੇ ਪਏ ਹੋ ਕਿ ਮੈਂ ਤੁਹਾਡੇ ਲਈ ਕੁਝ ਕੀਤਾ ਹੀ ਨਹੀਂ? ਇੰਨਾ ਕੁਝ ਤਾਂ ਕਰ ਦਿੱਤਾ ਤੇ ਨਾਲੇ ਆਉਂ ਕਰਨ ਵੀ ਮੈਂ ਤੁਹਾਡੇ ਕਰਕੇ ਜਾਣਾ। ਆ ਜਿਹੜੀ ਜੈਕਟ, ਜੈਕਟ ਇਹਦਾ ਚਾਹ ਉਤਰਨਾ ਨਹੀਂ ਲੱਗਦਾ ਹੈ, 4-5 ਦਿਨ ਹੋ ਗਏ ਮੰਨੇ ਆ, 7000 ਰੁਪਏ ਦੀ ਜੈਕਟ ਲੈ ਲਈ ਹੈ, ਪਰ ਰਾਤ ਤਾਂ ਦਿਓ ਇਹਨੂੰ, ਪਰ ਕੋਈ ਗੱਲ ਨੀ, ਪੈਸੇ ਵੀ ਜ਼ਿਆਦਾ ਲੱਗੇ ਨਾ, ਜ਼ਿਆਦਾ ਦਿਨ ਪਾਵਾਂਗੇ। ਮੇਰੀ ਜੈਕਟ ਤੁਹਾਨੂੰ ਦੇਖਦੀ ਪਈ, ਮੇਰੇ ਚਾਹ ਤੁਹਾਨੂੰ ਦੇਖਦੇ ਪਈ, ਤੁਹਾਨੂੰ ਉਹ ਨੀ ਦੇਖਦਾ ਤੁਹਾਡੇ ਕਰਜ਼ਿਆਂ ਕਰਕੇ ਲੋਕੀ ਤੁਹਾਨੂੰ ਰੱਖਣ ਨੂੰ ਫਿਰਦੇ ਆ? ਉਹ ਤਾਂ ਮੈਨੂੰ ਕਹਿੰਦੇ ਆ ਕਿ ਉਹ ਪੂਰੀ ਟੇਕ ਕੇਅਰ ਕਰਦੇ ਆ, ਮੇਰੀ ਪੂਰੀ ਟੇਕ ਕੇਅਰ, ਉਹਨਾਂ ਨੂੰ ਪਤਾ ਜੇ ਕਿਤੇ ਅਸੀਂ ਉਹਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਨਾ ਤੇ ਉਹਨਾਂ ਦੇ ਪੈਸੇ ਮਰ ਜਾਣੇ ਆ, ਉਹ ਤਾਂ ਮੇਰੀ ਪੂਰੀ ਟੇਕ ਕੇਅਰ ਕਰਦੇ ਆ। ਮੈਂ ਤਾਂ ਕਹਿੰਦੀ ਸ਼ੁਕਰ ਹੈ ਰੱਬਾ, ਉਹ ਦਿਨ ਕਦੋਂ ਆਊਗਾ ਜਦੋਂ ਇਹ ਮੇਰੇ ਗਲਿਓਂ ਲੱਥਣਾ, ਲੋਕੀ ਤੁਹਾਨੂੰ ਮਾਰ ਦੇਣ, ਉਹੀ ਬਹੁਤ ਵੱਡੀ ਗੱਲ ਆ। ਓਏ ਮੇਰੀ ਗੱਲ ਸੁਣੋ, ਏਦਾਂ ਦੀ ਦੁਆ ਕੌਣ ਮੰਗਦਾ ਆਪਣੇ ਘਰ? ਮੈਂ ਮੰਗਦੀ, ਜੈਸੀ ਮੰਗਦੀ, ਜਿਹਦਾ ਘਰ ਵਾਲਾ ਏਦਾਂ ਦਾ ਹੋਵੇ ਨਾ ਏਦਾਂ ਹੀ ਕਰਨਾ ਪੈਂਦਾ। ਮੈਂ ਲਾ ਲੈਣੀ ਆ ਫਿਰ, ਮੈਂ ਤੁਹਾਨੂੰ ਦੱਸਾਂ, ਮੈਨੂੰ ਗੁੱਸਾ ਨਾ ਚੜਾ, ਅੱਗੇ ਅੱਜ ਸਿਰ ਬਹੁਤ ਘੁੰਮਦਾ ਪਿਆ, ਬਹੁਤ ਜ਼ਿਆਦਾ ਦਬਾ ਦਿਓ, ਜ਼ਿਆਦਾ ਸਿਰ ਦਬਾ ਦਿਓ, ਗਲਾ ਨਾ ਦਬਾਵਾ ਤੁਹਾਡਾ, ਗਲਾ ਰਹਿਣ ਦਿਓ ਕਿਉਂਕਿ ਸਾਹ ਵੀ ਨਹੀਂ ਨਾ ਆਉਣਾ ਫਿਰ, ਤੇ ਤੁਹਾਨੂੰ ਤਾਂ ਪਤਾ ਹੀ ਹੈ। ਜਿਹੜੇ ਤੁਸੀਂ ਪਿਆਰਾਂ ਦੀਆਂ ਗੱਲਾਂ ਕਰਦੇ ਨਾ, ਲੋਕਾਂ ਦੇ ਪਿਆਰ ਦੇਖੋ, ਆਪਣੀ ਘਰ ਵਾਲੀਆਂ ਲਈ ਇੰਨਾ ਕੁਝ ਕਰਦੇ ਤੇ ਤੁਸੀਂ ਮੈਨੂੰ ਗੱਲਾਂ ਸੁਣਾਉਣ ਤੋਂ ਇਲਾਵਾ ਕੁਝ ਨਹੀਂ ਕਰਦੇ। ਓਹੋ ਬਾਬੂ, ਮੈਂ ਤੇਰੇ ਲਈ
ਕੀ ਨਹੀਂ ਕਰ ਸਕਦਾ ਮੈਨੂੰ ਦੱਸੋ। ਉਹ ਮੈਂ ਤਾਂ ਸੋਚ ਰਿਹਾ ਸੀ ਤੁਹਾਡੇ ਲਈ ਇੱਕ ਤਾਜ ਮਹਿਲ ਬਣਾ ਦਵਾਂ, ਤਾਜ ਮਹਿਲ। ਅੱਛਾ, ਤੇ ਫਿਰ ਮੇਰੇ ਸ਼ਾਹਜਹਾਂ ਦੀ ਸੇਵਾ ਦਾ ਟਾਈਮ ਹੋ ਗਿਆ, ਫਿਰ ਮੈਂ ਉਹਨਾਂ ਦੇ ਲਈ ਆਪਣੇ ਜਨਾਬ ਦੇ ਲਈ ਜੁੱਤੀ ਚੱਕਾਂ ਜਾਂ ਝਾੜੂ? ਨਹੀਂ ਨਹੀਂ, ਜੁੱਤੀ ਰਹਿਣ ਦੇ, ਮੇਰੀ ਗੱਲ ਸੁਣੋ। ਤੁਸੀਂ ਰੋਜ਼ ਰੋਜ਼ ਜੁੱਤੀ ਕੋ ਚੱਕ ਲੈਂਦੇ ਹੋ, ਝਾੜੂ ਕੋ ਚੱਕ ਲੈਂਦੇ ਹੋ। ਓਹੋ, ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਆ ਮੈਨੂੰ ਨੌਨ ਵੈਜ ਨਹੀਂ ਪਸੰਦ, ਨਹੀਂ ਪਸੰਦ। ਨਹੀਂ ਨਹੀਂ, ਪਸੰਦ ਹੈ, ਪਸੰਦ ਹੈ। ਆ ਹੁਣੀ ਜਦੋਂ ਪੀਦੇ ਸੀ ਤੇ ਉਦੋਂ ਵੀ ਤਾਂ ਨੌਨ ਵੈਜ ਨਹੀਂ ਖਾਦੇ। ਨਹੀਂ ਨਹੀਂ, ਆ ਪਸੰਦ ਹੈ, ਪਰ ਮੈਂ ਨਾ ਆ ਝਾੜੂ ਵਰਗੀਆਂ ਚੀਜ਼ਾਂ ਨਹੀਂ ਖਾਂਦਾ। ਅੱਛਾ, ਫਿਰ ਮਤਲਬ ਅੱਜ ਜੁੱਤੀ ਖਾਣੀ ਆ ਤੁਸੀਂ, ਹੈਨਾ? ਮਿਸਤਰੀ ਵੀ ਲੱਭ ਰਿਹਾ ਆ ਪਰ ਲੱਭ ਨੀ ਰਿਹਾ। ਮੈਂ ਜਿਹਨੂੰ ਜਾ ਕੇ ਕਹਿੰਦਾ ਆ ਕਿ ਮੈਂ ਤਾਜ ਮਹਿਲ ਬਣਵਾਉਣਾ ਆ, ਉਹ ਤਾਂ ਪਹਿਲੇ ਮਨਾ ਕਰ ਦਿੰਦੇ ਆ ਤੇ ਹੱਥ ਵੀ ਪਿੱਛੇ ਕਰ ਲੈਂਦੇ ਆ ਕਿ ਨਹੀਂ ਸਾਡੇ ਵੱਸ ਦੀ ਗੱਲ ਨਹੀਂ ਹੈ। ਉਹ ਮੈਂ ਤਾਂ ਕਿਹਾ ਉਹਨਾਂ ਨੂੰ ਕਿ ਨਹੀਂ ਤੁਹਾਡੇ ਹੱਥ ਨਹੀਂ ਵੱਢਾਂਗੇ, ਨਹੀਂ ਵੱਢਾਂਗੇ, ਪਰ ਮੰਨ ਨਹੀਂ ਦੇ। ਮੈਂ ਤਾਂ ਹੁਣ ਨਾਮ ਚੇਂਜ ਕਰ ਦੇਣਾ ਆ। ਅੱਛਾ, ਹਾਂਜੀ ਹਾਂਜੀ, ਨਾਮ ਮੈਂ ਰੱਖਿਆ ਸੀ ਉਹਦਾ। ਅੱਛਾ, ਤੁਸੀਂ ਤਾਜ ਮਹਿਲ ਮੇਰੇ ਲਈ ਬਣਵਾ ਰਹੇ ਹੋ? ਹਾਂਜੀ, ਬਣਵਾ ਸਕਦਾ ਮੈਂ, ਬਹੁਤ ਵੱਡਾ। ਅੱਛਾ, ਤੇ ਪੈਸੇ ਕਿੱਥੋਂ ਆਏ? ਪੈਸੇ ਤੁਹਾਨੂੰ ਦੱਸਿਆ ਤਾਂ ਹੈ, ਆਉਂ ਕਰ ਲੈਣਾ ਆਪਾਂ, ਬਹੁਤ ਵੱਡਾ ਆਉਂ, ਤੇ ਉਹਨਾਂ ਨੇ ਵੀ ਆਉਂ ਕਰ ਦੇਣਾ ਸਭ ਨੇ ਦੇਖਣਾ। ਕਿੱਡੀ ਬੇਸ਼ਰਮੀ ਹੈ ਨਾ ਤੁਹਾਡੇ ਵਿੱਚ, ਹਰ ਕਿਸੇ ਦੇ ਅੱਗੇ ਹੱਥ ਅੱਡਣ ਚੱਲ ਜਾਂਦੇ ਆ, ਕੁਝ ਨਹੀਂ ਕਰ ਸਕਦੇ ਮੇਰੇ ਲਈ ਤੁਸੀਂ? ਉਹ ਤੁਹਾਡੇ ਲਈ ਤਾਂ ਕਰ ਰਹੇ ਆ, ਹੋਰ ਕਿਤੇ ਲਈ ਕਰ ਰਹੇ ਆ? ਆ ਨਾਲੇ ਮੇਰੀ ਗੱਲ ਸੁਣੋ, ਤਾਜ ਮਹਿਲ ਦਾ ਨਾਮ ਬਦਲ ਕੇ ਅਸੀਂ ਕੀ ਰੱਖੀਏ? ਓ ਤਾਜ ਮਹਿਲ ਜੇ ਮੇਰੇ ਲਈ ਬਣ ਰਿਹਾ, ਤੁਸੀਂ ਮੇਰੇ ਲਈ ਤਾਜ ਮਹਿਲ ਬਣਵਾ ਰਹੇ ਤੇ ਨਾਮ ਵੀ ਤਾਂ ਮੇਰੇ ਤੇ ਰੱਖੋਗੇ? ਹਾਂ ਹਾਂ, ਗੁਰਬਖਸ਼ ਸਿੰਘ ਬਣਾ ਦਈਏ। ਬਖਸ਼ ਸਿੰਘ? ਹਾਂਜੀ ਹਾਂਜੀ। ਕਿਉਂ? ਤਾਜ ਮਹਿਲ ਸਾਡੇ ਪਿਆਰ ਦੀ ਨਿਸ਼ਾਨੀ ਹੈ, ਤਾਂ ਤੁਸੀਂ ਗੁਰਬਖਸ਼ ਸਿੰਘ ਕਿਉਂ? ਤੇ ਪਿਆਰ ਦੀ ਨਿਸ਼ਾਨੀ ਤਾਂ ਉਹੀ ਹੈ ਗੁਰਬਖਸ਼ ਸਿੰਘ। ਮੇਰੀ ਗੱਲ ਸੁਣੋ, ਸੈਡ ਨਾ ਹੋਇਆ ਕਰੋ, ਨਾ ਗੁੱਸਾ ਕਰਿਆ ਕਰੋ। ਦੇਖੋ, ਹਰ ਵਾਰ ਮੈਂ ਤੁਹਾਨੂੰ ਕਹਿੰਦਾ ਆ ਕਿ ਗੁੱਸਾ ਨਾ ਕਰੋ, ਨਾ ਕਰੋ, ਸੈਡ ਨਾ ਹੋ, ਮੈਨੂੰ ਹਾਸਾ ਆ ਜਾਂਦਾ ਹੈ ਨਾ। ਫੋਨ ਆ ਗਿਆ ਲੱਗਦਾ, ਫੋਨ ਆ ਗਿਆ, ਆ ਗਿਆ, ਆ ਗਿਆ। ਮੇਰਾ ਫੋਨ ਆ, ਤੁਸੀਂ ਕਿਉਂ ਚੱਕ ਰਹੇ? ਅੱਛਾ, ਫੋਨ ਆ ਗਿਆ ਨਾ, ਕਿਸੇ ਦਾ ਆਇਆ, ਉਹਨੂੰ ਥੋੜਾ ਪਤਾ ਕੌਣ ਬੋਲ ਰਿਹਾ ਕੌਣ ਨਹੀਂ ਬੋਲ ਰਿਹਾ। ਹੈਲੋ, ਹਾਂਜੀ, ਅੱਛਾ ਲੈ ਮੈਂ ਹੁਣੇ ਆ ਜਾਊਂਗੀ। ਕਿੱਥੇ ਕਿੱਥੇ ਪਾਰਟੀ? ਨਹੀਂ ਨਹੀਂ, ਕੱਲ ਚੱਲਦੇ ਆ ਨਾ ਆਪਾਂ। ਹਾਂ ਹਾਂ, ਪੂਰੀ ਤਿਆਰੀ ਆ, ਮੈਂ ਤਾਂ ਨਵੇਂ ਕੱਪੜੇ ਵੀ ਲੈ ਲਏ। ਹਾਂ ਹਾਂ, ਝੂਠ ਬੋਲ ਰਹੀ ਹੈ, ਝੂਠ, 4 ਦਿਨ ਦੀ ਜੈਕਟ ਪਾਈ ਹੋਈ ਹੈ। ਤੁਹਾਨੂੰ ਸ਼ਰਮ ਆਉਂਦੀ ਕਿ ਨਹੀਂ? ਕਿਸੇ ਦਾ ਫੋਨ ਆਇਆ ਹੋਵੇ ਵਿੱਚ ਤੇ ਕੋਈ ਇੱਦਾਂ ਕਰਦਾ। ਉਹ ਤੇ ਕੱਟ ਦਿੱਤਾ ਸੀ, ਮੈਂ ਦੇਖ ਲਿਆ ਸੀ, ਆ ਪਿੱਛੇ ਲੈਟ ਜਗ ਜਾਂਦੀ ਹੈ ਨਾ, ਲੈਟ ਕੱਟਿਆ ਗਿਆ ਸੀ ਫੋਨ। ਮੈਂ ਤੁਹਾਡੇ ਤੋਂ ਇੰਨੀ ਦੁਖੀ ਹੋ ਗਈ ਨਾ, ਮੈਂ ਘਰ ਛੱਡ ਕੇ ਚੱਲ ਜਾਣਾ। ਨਹੀਂ ਨਹੀਂ, ਘਰ ਛੱਡ ਕੇ ਨਹੀਂ ਜਾਣਾ, ਮੇਰੀ ਗੱਲ ਸੁਣੋ। ਮੈਂ ਆਪਾਂ ਨੂੰ ਇੱਦਾਂ ਕਰਦੇ ਆ, ਥੋੜੀ ਜਿਹੀ ਰੋਟੀ ਖਾਣੀ ਹੈ, ਰੋਟੀ ਤਾਂ ਬਣਾ ਲਓ, ਕਿਉਂਕਿ ਉੱਥੇ ਸਿਰਫ ਪੀਤੀ ਹੈ ਨਾ ਰੋਟੀ। ਸਵੇਰ ਦੇ ਤੁਸੀਂ ਬਾਹਰ ਮਰੇ ਪਏ ਅਵਾਰਾ ਗਰਦੀ ਕਰਕੇ, ਸ਼ਰਾਬਾਂ ਪੀ ਕੇ ਘਰ ਆ ਰਹੇ ਆ ਰਾਤ ਦੇ 10 ਵਜੇ, ਤੇ ਤੁਸੀਂ ਹੁਣ ਵੀ ਮੈਨੂੰ ਕਹਿ ਰਹੇ ਰੋਟੀ ਬਣਾ? ਮੈਂ ਖਾਧੀ ਨਹੀਂ ਤਾਂ ਤੁਹਾਨੂੰ ਕੀ ਬਣਾ ਕੇ ਦਵਾਂ? ਓਹੋ, ਮੇਰੇ ਬਾਬੂ ਨੇ ਰੋਟੀ ਨਹੀਂ ਖਾਧੀ? ਕਿੰਨੀਆਂ ਤੁਸੀਂ ਰੱਖ ਕੇ ਗਏ ਸੀ ਬਣਾ ਕੇ? ਓਹੋ, ਅੱਜ ਕੱਲ ਤਾਂ ਮੈਂ ਸੁਣਿਆ ਸੀਗਾ ਕਿ ਰੋਟੀਆਂ ਘਰ ਵਾਲੀਆਂ ਬਣਾਉਂਦੀਆਂ, ਇਹ ਅੱਜ ਤੋਂ ਬੰਦੇ ਕਦੋਂ ਤੋਂ ਬਣਾਉਣ ਲੱਗ ਗਏ? ਉਹ ਬੰਦੇ ਜਦੋਂ ਤੋਂ ਸਾਡਾ ਵਿਆਹ ਹੋਇਆ ਨਾ, ਇਹ ਬੰਦੇ ਉਦੋਂ ਤੋਂ ਬਣਾਉਂਦੇ ਆ, ਤੇ ਅੱਜ ਤੁਸੀਂ ਬਣਾ ਕੇ ਨਹੀਂ ਗਏ? ਓਹੋ, ਬਿਗ ਮਿਸਟੇਕ ਹੋ ਗਈ, ਬਿਗ ਮਿਸਟੇਕ। ਕੋਈ ਗੱਲ ਨਹੀਂ, ਅਸੀਂ ਕਰ ਦਿਆਂਗੇ। ਪਰ ਦੱਸੋ ਤਾਂ ਸਹੀ, ਖਾਓਗੇ ਕੀ ਤੁਸੀਂ? ਜੋ ਤੁਸੀਂ ਬਣਾ ਦੋ ਉਹੀ ਖਾ ਲਾਂਗੀ ਮੈਂ। ਫੇਰ ਤਾਂ ਕਰਦੇ ਆ, ਤਰੀ ਵਾਲੀ ਹਵਾ ਬਣਾ ਲਿਆਨੇ ਆ, ਨਾਲੇ ਆਰਾਮ ਦੇ ਨਾਲ ਖਾਵਾਂਗੇ, ਤੇ ਨਾਲੇ ਸਵੇਰੇ ਜੰਗਲ ਪਾਣੀ ਵੀ ਨਹੀਂ ਜਾਵਾਂਗੇ ਨਾ, ਆਰਾਮ ਦੇ ਨਾਲ ਪਚ ਜਾਣਾ ਸਾਰਾ ਕੁਝ। ਹੋਰ ਕੁਝ ਰਹਿ ਗਿਆ ਬੋਲਣ ਵਾਲਾ? ਹੱਸੇ ਨਹੀਂ ਤੁਸੀਂ? ਮੈਂ ਹੱਸੇ ਕਿਹੜੇ ਹੱਸੇ ਤੁਸੀਂ ਪਾ ਰਹੇ ਹੋ? ਐਦਾਂ ਕਰਕੇ ਹੱਸ ਰਿਹਾ ਕਰੋ, ਮੇਰੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਤੇ ਹੁਣ ਵੀ ਤੁਹਾਨੂੰ ਹੱਸਿਆਂ ਦੀ ਪਈ ਆ? ਓਹੋ, ਦੇਖੋ ਕਿੰਨੀ ਰਾਤ ਹੋ ਗਈ ਹੈ, ਔਰ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ, ਮੈਨੂੰ ਤਾਂ ਇੱਕ ਸਮਝ ਨਹੀਂ ਆਉਂਦੀ। ਔਰ ਤੁਸੀਂ ਹਰ ਵੇਲੇ ਗੁੱਸਾ ਕਿਉਂ ਕਰਦੇ ਰਹਿੰਦੇ ਹੋ? ਕਿਤੇ ਤੁਸੀਂ ਗੁੱਸੇ ਕਰਨ ਵਾਲੀ ਦਵਾਈਆਂ ਤਾਂ ਨਹੀਂ ਖਾਂਦੇ ਹੈਗੇ? ਗੁੱਸੇ ਕਰਨ ਵਾਲੀ ਦਵਾਈ ਖਾਧੀ ਤਾਂ ਨਹੀਂ ਸੀ, ਪਰ ਜਦੋਂ ਦਾ ਤੇਰਾ ਵਿਆਹ ਹੋਇਆ ਨਾ, ਮੈਨੂੰ ਲੱਗਦਾ ਆਟੋਮੈਟਿਕ ਖਾ ਲਈ ਮੈਂ।
ਮੈਨੂੰ ਤਾਂ ਏਦਾਂ ਲੱਗ ਰਿਹਾ ਕਿ ਤੁਸੀਂ ਹੁਣ ਬਹੁਤ ਜ਼ਿਆਦਾ ਮੇਰੀ ਛਿੱਤਰ ਪਰੇਡ ਕਰ ਦੇਣੀ ਹੈ। ਉਹ ਮੇਰੀ ਗੱਲ ਸੁਣੋ, ਹੁਣ ਆਪਾਂ ਤੁਹਾਨੂੰ 7,000 ਰੁਪਏ ਦੀ ਜੈਕਟ ਲੈ ਕੇ ਦੇ ਦਿੱਤੀ ਹੈ, ਅਤੇ ਹੁਣ ਆਹ ਦੱਸੋ ਤੁਸੀਂ ਅੱਗੇ ਲੈਣਾ ਕੀ ਆ? ਹੋਰ ਹੁਣ ਤਾਂ ਸ਼ਕੀਨ ਜੱਟ ਬਹੁਤ ਹੀ ਜ਼ਿਆਦਾ ਪੈਸੇ ਮੰਗਣ ਦੇ ਵਿੱਚ ਐਕਸਪੀਰੀਅੰਸ ਆ ਗਿਆ, ਉਹ ਤਾਂ ਹੁਣ ਮੈਂ ਮੰਗ ਕੇ ਦਿਖਾਵਾਂਗਾ। ਜਿੰਨੇ ਤੁਹਾਡੇ ਐਕਸਪੀਰੀਅੰਸ ਵੱਧ ਚੁੱਕੇ ਹੈ ਨਾ, ਓਨਾ ਹੀ ਮੇਰਾ ਤੁਹਾਨੂੰ ਝੇਲਣ ਦਾ ਲੈਵਲ ਖਤਮ ਹੁੰਦਾ ਜਾ ਰਿਹਾ, ਮੈਂ ਹੋਰ ਨਹੀਂ ਸਹਿ ਸਕਦੀ। ਓਹੋ, ਔਰ ਤੁਸੀਂ ਮੈਨੂੰ ਦੱਸੋ ਤਾਂ ਸਹੀ, ਹੁਣ ਹੀ ਆਪਾਂ ਲੈ ਆਉਂਦੇ ਹਾਂ। ਦੇਖੋ ਏਦਾਂ ਕਰਕੇ ਪੈਸੇ ਮੰਗਣੇ ਆ ਤੇ ਇੱਕ ਦੋ ਵਾਰ ਕਨਵੈਂਸ ਕਰਨਾ। ਤੁਸੀਂ ਮੰਗਣਾ ਕਦੀ ਛੱਡ ਸਕਦੇ ਜਾਂ ਨਹੀਂ? ਓ ਹਮਾਰੇ ਪੁਸਤੋ ਕੀ ਕਹਾਣੀ ਹੈ ਇਹ, ਹਮਾਰੇ ਪੁਸਤੋ ਕੀ। ਓ ਹਿੰਦੀ ਆ ਗਈ ਥੀ ਬੀਚ ਮੇ, ਓ ਕੋਈ ਬਾਤ ਨਹੀਂ, ਹਮਕਾ ਤੁਮਕਾ ਚਲਤਾ ਰਹਤਾ ਹੈ। ਹਮਾਰੇ ਹਿੰਦੀ ਬਹੁਤ ਰਾਸ਼ਟਰੀ ਭਾਸ਼ਾ ਹੈ। ਅੱਛਾ, ਮੈਨੂੰ ਤਾਂ ਲੱਗਦਾ ਜਿੱਦਾਂ ਦੇ ਤੁਹਾਡੇ ਹਾਲਾਤ ਹੈ ਨਾ, ਲੋਕੀ ਸ਼ਰਾਬ ਪੀ ਕੇ ਇੰਗਲਿਸ਼ ਬੋਲਦੇ ਆ ਤੇ ਤੁਹਾਨੂੰ ਹਿੰਦੀ ਪੈਂਦੀ ਆ। ਉਹ ਤਾਂ ਫਿਰ ਉਹਨਾਂ ਦੀ ਹੈ ਨਾ, ਅਸੀਂ ਆਪਣੇ ਆਪ ਦੇ ਵਿੱਚ ਰਹਿੰਦੇ ਆ, ਨਾਲੇ ਅਸੀਂ ਆਪਣੇ ਤੋਂ ਬਾਹਰ ਨਹੀਂ ਜਾਂਦੇ। ਜਦੋਂ ਬਾਹਰ ਜਾਂਦੇ ਆ ਨਾ ਤੇ ਲੋਕੀ ਬਸ ਕੁੱਟਣ ਨੂੰ ਆਉਂਦੇ ਆ, ਕੁੱਟਣ ਨੂੰ। ਨਾਲੇ ਤੁਹਾਨੂੰ ਪਤਾ ਤਾਂ ਹੈ, ਕੱਲ ਵੀ ਤਾਂ ਫਿਰ ਬੱਚੇ ਸੀ, ਦੇਖੋ ਕੱਲ ਕਿੰਨਾ ਇਕੱਠ ਹੋ ਗਿਆ ਸੀ ਘਰ ਦੇ ਬਾਹਰ। ਕਿਸੇ ਮੰਤਰੀ ਦੇ ਘਰ ਦੇ ਬਾਹਰ ਇੰਨਾ ਇਕੱਠ ਨਹੀਂ ਹੁੰਦਾ ਜਿੰਨਾ ਸ਼ਕੀਨ ਜੱਟ ਦੇ ਘਰ ਦੇ ਬਾਹਰ ਲੱਗਾ ਹੁੰਦਾ। ਤੇ ਨਾਲੇ ਏਦਾਂ ਕਰਕੇ ਮਿਲਦੇ, ਏਦਾਂ ਕਰਕੇ ਕਿ ਬਾਈ ਪੈਸੇ ਦੇ ਦਿਓ ਪੈਸੇ। ਬਸ ਮਾਰ ਲਈ ਫੜਾ। ਹੁਣ ਮੈਨੂੰ ਦੱਸੋ ਜ਼ਿੰਦਗੀ ਚ ਅੱਗੇ ਕੁਝ ਸੋਚਿਆ ਵੀ ਹੈ ਕਿ ਨਹੀਂ? 1 ਸਾਲ ਵਿਆਹ ਨੂੰ ਹੋ ਗਿਆ, ਹੱਲੇ ਤੱਕ ਇੱਥੇ ਰੋਂਦੇ ਫਿਰਦੇ ਆ। ਪਰ ਸੋਚਦਾ ਤਾਂ ਮੈਂ ਰੋਜ਼ ਆ ਕਿ ਆਪਾਂ 2-3 ਹੋ ਜਾਈਏ, ਪਰ ਤੁਸੀਂ ਹੋਣ ਹੀ ਨਹੀਂ ਦੇ ਰਹੇ। ਔਰ ਤੁਸੀਂ ਤਾਂ ਆਪ ਉੱਪਰ ਸੋ ਜਾਂਦੇ ਹੋ ਤੇ ਮੈਨੂੰ ਨੀਚੇ। ਔਰ ਮੈਂ ਤਾਂ ਸੋਚ ਜੇ ਜੇ ਤੁਹਾਡੇ ਹਾਲਾਤ ਆ ਨਾ, ਮੈਂ ਤਾਂ ਤੁਹਾਨੂੰ ਘਰ ਨਾ ਰੱਖਾਂ। ਘਰ ਕਿਉਂ ਨਾ ਰੱਖਾਂ, ਇਹ ਮੇਰਾ ਘਰ ਹੈ ਤੇ ਤੁਸੀਂ ਬੋਲ ਕਿੱਦਾਂ ਰਹੇ ਹੈ? ਮੇਰੀ ਇੱਕ ਗੱਲ ਸੁਣੋ, ਜਦੋਂ ਤੱਕ ਮੈਂ ਹੈਗਾ ਨਾ ਉਦੋਂ ਤੱਕ ਘਰ ਸਾਂਝੇ ਦੇ ਵਿੱਚ ਹੈ, ਤੇ ਜਦੋਂ ਤੁਸੀਂ ਚਲੇ ਜਾਓਗੇ ਤੇ ਫਿਰ ਮੇਰਾ ਹੋ ਜਾਣਾ। ਫਿਰ ਮੈਂ ਚਲੀ ਜਾਂਦੀ ਹਾਂ ਹੈ ਨਾ, ਹੁਣ ਮੈਨੂੰ ਜਾਣਾ ਚਾਹੀਦਾ ਮੈਨੂੰ ਲੱਗਦਾ। ਨਹੀਂ ਨਹੀਂ ਨਹੀਂ, ਉਹ ਹਾਸੀਆ ਗੱਡੀਆਂ ਕਰ ਰਿਹਾ ਸੀ, ਹਾਸੀਆ ਗੱਡੀਆਂ। ਮੇਰੀ ਗੱਲ ਸੁਣੋ, ਇੱਕ ਗੱਲਬਾਤ ਸੁਣਾਓ, ਸਵੇਰ ਤੋਂ ਲੈ ਕੇ ਰਾਤ ਤੱਕ ਮੇਰੇ ਬਾਬੂ ਨੇ ਕੀਤਾ ਕੀ ਆ? ਤੁਹਾਡੇ ਬਾਬੂ ਨੇ ਕਰਨਾ ਕੀ ਆ? ਪੂਰਾ ਦਿਨ ਵੇਟ ਕਰਦੀ ਰਹੀ ਕਿ ਹੁਣੇ ਘਰ ਆਂਦੇ, ਹੁਣੇ ਘਰ ਆਂਦੇ। ਇੱਕ ਵਾਰ ਵੀ ਤੁਸੀਂ ਮੇਰਾ ਨਹੀਂ ਸੋਚਿਆ, ਤੁਸੀਂ ਮੈਨੂੰ ਬਿਲਕੁਲ ਪਿਆਰ ਨਹੀਂ ਕਰਦੇ। ਉੱਤਾਂ ਜੀ ਇੰਨੀਆਂ ਫੜਾ ਮਾਰਦੇ। ਪਿਆਰ ਕਿਉਂ ਨਹੀਂ ਕਰਦਾ? ਤੁਸੀਂ ਕਹਿ ਰਹੇ ਹੋ ਮੈਂ ਕਿਤੇ ਗਈ ਨਹੀਂ, ਕੰਮ ਕਰਦੀ ਰਹੀ। ਜੀਤੇ ਮੀਤੇ ਤੇ ਕਹਿ ਰਹੀ ਸੀ ਕਿ ਇਹ ਪਿੰਕੀ ਹੋਰਾਂ ਕੇ ਬੈਠੀ ਹੋਈ ਸੀ, ਗੱਲਾਂ ਮਾਰ ਰਹੀ ਸੀ। ਨਹੀਂ ਨਹੀਂ, ਮੈਂ ਉਹਨਾਂ ਕੇ ਗਈ ਨਹੀਂ ਸੀ, ਉਹ ਤੇ ਆਪ ਘਰ ਆਏ ਸੀਗੇ, ਉਹਨਾਂ ਨੂੰ ਕੰਮ ਸੀ ਨਾ ਮੇਰੇ ਨਾਲ। ਕਿਹਦਾ ਕੰਮ ਮੈਨੂੰ ਦੱਸੋ, ਕੰਮ ਤਾਂ ਤੁਹਾਨੂੰ ਕੋਈ ਆਂਦਾ ਹੀ ਨਹੀਂ ਆ। ਨਹੀਂ ਨਹੀਂ, ਕੁਛ ਨਹੀਂ, ਉਹਨਾਂ ਨੇ ਸ਼ਹਿਰ ਜਾਣਾ ਸੀ, ਉਹ ਮੈਨੂੰ ਪੁੱਛਣ ਆਏ ਸੀ ਕਿ ਸੋਹਣੇ ਸੋਹਣੇ ਕੱਪੜੇ ਜੈਜੀ ਨੇ ਸੋਹਣੇ ਕੱਪੜੇ ਪਾਉਂਦੀ ਆ ਤੇ ਉਹ ਕਿੱਥੋਂ ਮਿਲਦੇ ਆ? ਤੇ ਉਹਨਾਂ ਨੂੰ ਕਹਿਣਾ ਸੀ ਨਾ ਕਿ ਸ਼ਕੀਨ ਜੱਟ ਨੂੰ ਆ ਕੇ ਮਿਲੇ। ਤੁਸੀਂ ਕਿੱਦਾਂ ਸਮਝਾ ਦਿੱਤਾ ਤਾਂ ਤਾਂ ਹੱਟੀ ਦਾ? ਅੱਛਾ, ਤੇ ਤੁਸੀਂ ਹੁਣ ਦੂਜਿਆਂ ਦੀਆਂ ਜਨਾਨੀਆਂ ਤੇ ਵੀ ਅੱਖ ਰੱਖੀ ਫਿਰਦੇ ਆ? ਨਹੀਂ ਨਹੀਂ, ਅੱਖ ਨਹੀਂ ਰੱਖੀ, ਅੱਖ ਨਹੀਂ ਰੱਖੀ। ਪਤਾ ਲੱਗ ਗਿਆ ਮੈਨੂੰ ਤੁਹਾਡਾ, ਹਰ ਵਾਰੀ ਜਦੋਂ ਜਾਂਦੇ ਜੀਤੇ ਮਿੱਤੇ ਨੂੰ ਹੀ ਕਿਉਂ ਕਹਿ ਕੇ ਜਾਂਦੇ ਆ? ਹੁਣ ਮੈਨੂੰ ਸਮਝ ਲੱਗਾ ਉਹਨਾਂ ਦੇ ਨਾਲ ਤੁਸੀਂ ਜੰਗਲ ਰਲੀਆਂ ਮਨਾਉਣ ਨੂੰ ਫਿਰਦੇ ਆ। ਓਹੋ, ਤੋਬਾ ਤੋਬਾ ਤੋਬਾ, ਇਹ ਕਿਹੋ ਜੀ ਗੱਲ ਕਰ ਦਿੱਤੀ ਜੇ ਤੁਸੀਂ, ਕਿਹੋ ਜੀ ਗੱਲ ਕਰ ਦਿੱਤੀ ਜੇ। ਆ ਸਾਰੇ ਸਮਝੇ ਹੋਣੇ ਮੱਲੇ ਵਾਲੇ, ਉਹ ਕਹਿ ਰਹੇ ਹੋਣੇ ਰਾਤ ਦੇ 11 ਵੱਜਣ ਲੱਗੇ ਆ ਤੇ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਬੋਲਦੇ ਨਹੀਂ, ਤੇ ਰਾਤ ਨੂੰ ਕੀ ਬੋਲਦੇ ਪਏ ਆ? ਮੈਂ ਮੱਲੇ ਵਾਲਿਆਂ ਨੇ ਹਲੇ ਸੁਣਿਆ ਨਹੀਂ, ਉਹਨਾਂ ਨੂੰ ਤੇ ਮੈਂ ਦੱਸਦੀ ਹਾਂ ਆਪਣੀਆਂ ਜਨਾਨੀਆਂ ਤਾਂ ਤੁਹਾਡੇ ਤੋਂ ਬਚਾ ਕੇ ਰੱਖੋਗੇ? ਓਹੋ, ਮੈਂ ਇੰਨਾ ਵੀ ਬਹੁਤ ਵੱਡਾ ਜੇਮਸ ਬੌਂਡ ਨਹੀਂ ਆ ਕਿ ਐਵੇਂ ਹਰ ਪਾਸੇ ਚੱਲਦਾ ਰਹਾ। ਜੇਮਸ ਬੌਂਡ ਹੁੰਦਾ ਤੇ ਮੈਂ ਤੁਹਾਡੇ ਚੱਕਰਾਂ 'ਚ ਫਸਦੀ। ਤੇ ਫਸ ਤਾਂ ਗਏ ਹੋ। ਬਸ ਆ ਚਿੱਟੀ ਦਾੜੀ ਨੂੰ ਜਿਹੜੇ ਰੰਗ ਲਾ ਲਾ ਕੇ ਫੋਟੋਆਂ ਭੇਜੀਆਂ ਸੀ ਨਾ, ਉਹਦੇ ਤੇ ਮੈਂ ਫਸ ਗਈ ਕਿ 40 ਸਾਲਾਂ ਦਾ ਹੀ ਆ ਫਿਰ ਕੀ ਆ, 12 ਸਾਲ ਵੱਡੇ ਨਾਲ ਮੈਂ ਵਿਆਹ ਕਰਾ ਲਿਆ। 40 ਸਾਲ ਨਹੀਂ, 32 ਸਾਲ ਦਾ ਤਾਂ, 32 ਸਾਲ ਦਾ 16 = 16 ਔਰ ਗੁਣਾ ਕਰਦੇ ਉਹਨਾਂ ਨੂੰ। ਦੇਖੋ ਮੈਥ ਚੈੱਕ ਕਰੋ, ਮੈਥ ਕਿੰਨਾ ਵਧੀਆ ਮੈਥ ਆ। ਅ ਜਿਹੜਾ 16 = 16 ਨੂੰ ਗੁਣਾ ਕਰਕੇ ਤੁਸੀਂ ਕਹਿੰਦੇ ਪਏ ਆ, ਤੁਸੀਂ ਤਾਂ ਫਿਰ 16 ਸਾਲਾਂ ਦੇ ਹੋਏ ਹਨਾ? ਓਹੋ, ਇੱਥੋਂ ਤਾਂ ਪਤਾ ਲੱਗਦਾ ਕਿ ਸਕੂਲ ਟਾਈਮ ਦੇ ਵਿੱਚ ਕਿੰਨਾ ਮੈਥ ਹੁੰਦਾ ਸੀ, ਕਿੰਨਾ ਮੈਥ 0 ਤੋਂ ਘੱਟ ਨੰਬਰ ਲਿਆਉਂਦਾ ਸੀ। ਮੈਂ ਤਾਂ ਉਹਨਾਂ 'ਚ ਫਸਦਾ ਰਹਿੰਦਾ ਸੀ ਕਿ ਕੋਸ ਥੀਟਾ, ਇਹ ਪਤਾ ਨਹੀਂ ਕਿਹੜੇ ਫਾਰਮੂਲੇ ਸੀ। ਅਤੇ ਜਦੋਂ ਕੰਮ 'ਤੇ ਜਾਂਦੇ ਹਾਂ ਨਾ, ਮਤਲਬ ਕਿ ਕੰਮ ਤਾਂ ਅਸੀਂ ਕਰਦੇ ਨਹੀਂ, ਆਪਣਾ ਕੰਮ ਕਰਦੇ ਹਾਂ। ਤਾਂ ਖੇਤੀਬਾੜੀ 'ਚ ਭਲਾ ਕੋਸ ਥੀਟਾ ਕਿੱਥੇ ਆਉਂਦਾ ਹੈ ਦੱਸੋ ਮੈਨੂੰ? ਨਹੀਂ ਆਉਂਦਾ ਨਾ, ਉਹਦੇ ਵਿੱਚ ਤਾਂ ਆਲੂ ਆਉਂਦੇ, ਪਿਆਜ਼ ਆਉਂਦੇ, ਟਿੰਡੇ ਆਉਂਦੇ। ਤੇ ਤੁਹਾਨੂੰ ਉਹ ਵੀ ਨਹੀਂ ਆਉਂਦੇ? ਘਰ ਖਾਲੀ ਪਿਆ ਸਾਰਾ ਰਾਸ਼ਨ, ਤੁਹਾਨੂੰ ਦੇਖਦਾ ਕਿਤੇ ਵੀ? ਓਹੋ, ਤੁਸੀਂ ਮੈਨੂੰ ਸਵੇਰੇ ਤੜਕੇ, ਅਸੀਂ ਸਵੇਰੇ ਤੋੜ ਕੇ ਲਿਆਉਣੇ ਆ ਆਪਣੇ ਖੇਤ 'ਚ।
ਕਿਉਂ ਨਹੀਂ ਲੈ ਕੇ ਆਨੇ ਅਸੀਂ ਨਾਲ ਦੇ ਅਸੀਂ ਕੇਕ ਤੋਂ ਲੈਣੇ ਉਹਨਾਂ ਦੇ ਟਿੰਡੇ ਬਹੁਤ ਸਵਾਦ ਐ ਅੱਜ ਤੋੜ ਕੇ ਮੋਟੇ ਤੇ ਬਣਾਏ ਸੀ ਬੜਾ ਮਜ਼ਾ ਆਇਆ ਬੜਾ ਮਜ਼ਾ ਤੇ ਫਿਰ ਵਾਈਫ ਵੀ ਨਾਲ ਜਾ ਦੀ ਲੈ ਜਿਓ ਨਹੀਂ 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 ਇਹ ਤੁਸੀਂ ਕਿਹੋ ਜੀ ਗੱਲਾਂ ਕਰਦੇ ਰਹਿੰਦੇ ਹੋ ਹੈ ਇਹੋ ਜੀ ਗੱਲਾਂ ਨਹੀਂ ਕਰੀ ਦੀ ਹੁੰਦੀਆਂ ਇਹਦੇ ਨਾਲ ਨਾ ਰਿਸ਼ਤੇ ਟੁੱਟ ਜਾਂਦੇ ਆ ਜਿੱਦਾਂ ਦੇ ਤੁਸੀਂ ਹੈਗੇ ਮੈਂ ਤਾਂ ਪੱਕਾ ਤੋੜਨ ਨੂੰ ਫੈਂਦੀ ਆ ਓਹੋ ਮੈਂ ਕਿਹੋ ਜੀ ਗੱਲਾਂ ਕਰਦਾ ਰਹਿੰਦਾ ਇਹਨਾਂ ਸਾਹਮਣੇ ਇਹ ਤਾਂ ਅੱਗੇ ਮੇਰੇ ਤੋਂ ਅਲੱਗ ਹੋਣ ਨੂੰ ਫਿਰਦੇ ਆ ਮੇਰੀ ਗੱਲ ਸੁਣੋ ਬਾਬੂ ਇੱਦਾਂ ਕਰਦੇ ਆ ਅੱਜ ਜੋ ਵੀ ਹੋਇਆ ਕੋਈ ਗੱਲ ਨੀ ਕਦੇ ਕਦੇ ਹੋ ਜਾਂਦੀ ਹੁੰਦੀ ਆ ਦੋ ਤੋਂ ਚਾਰ ਪੈਗ ਲੱਗ ਜਾਂਦੇ ਹੁੰਦੇ ਆ ਪਰ ਮੈਨੂੰ ਇਹ ਦੱਸੋ ਤਾਂ ਸਹੀ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੰਕੀ ਹੋਣਾ ਕੇ ਗੱਲ ਕੀ ਚੱਲ ਰਹੀ ਸੀ ਮੈਨੂੰ ਕਹਿੰਦੇ ਪਏ ਸੀ ਕਿ ਬਸ ਹੁਣ 7000 ਦੀ ਜੈਕਟ ਲੈ ਲਈ ਆ ਹੁਣ ਅਗਲੇ ਐਤਵਾਰ ਤੁਸੀਂ ਮੈਨੂੰ ਟੀਵੀ ਲਿਆ ਕੇ ਦੋਗੇ ਇੱਕ ਸਾਲ ਹੋ ਗਿਆ ਫੋਨ ਤੇ ਮੈਂ ਸਾਰਦੀ ਆ ਟੀਵੀ ਤਾਂ ਤੁਸੀਂ ਮੈਨੂੰ ਲਿਆ ਕੇ ਨਹੀਂ ਦਿੱਤਾ ਟੀਵੀ ਲੈ ਕੇ ਆਂਦਾ ਅਸੀਂ ਤਾਂ LCD ਲੈ ਕੇ ਆਵਾਂਗੇ LCD ਕਿੰਨੀ ਵੱਡੀ LCD ਹੁੰਦੀ ਆ ਤੇ ਉਹਦੇ ਵਿੱਚ ਬਈ ਕਿੰਨੇ ਵੱਡੇ ਵੱਡੇ ਚਿਹਰੇ ਹੁੰਦੇ ਚਿਹਰੇ ਤੇ ਵਿੱਚ ਕਦੇ ਕਦੇ ਪੈਨ ਡਰਾਈਵ ਦੇ ਵਿੱਚ ਅਸੀਂ ਵੜ ਕੇ ਅਸੀਂ ਵੀ ਟੀਵੀ ਤੇ ਆ ਜਾਇਆ ਕਰਨਾ ਅੱਛਾ ਤੇ ਤੁਸੀਂ ਕਿੱਦਾਂ ਆਉਂਗੇ ਪੈਨ ਡਰਾਈਵ ਦੇ ਵਿੱਚ ਵੜ ਕੇ ਤੇ ਪੈਨ ਡਰਾਈਵ ਆਪਾਂ ਉਹਦੇ ਵਿੱਚ ਲਾ ਦੇਣੀ ਆ ਦੇਖੋ ਪੈਨ ਡਰਾਈਵ ਪਤਾ ਆਪਾਂ ਨੂੰ ਦੇਖੋ ਕਿੰਨਾ ਬਹੁਤ ਮੈਨੂੰ ਲੱਗਦਾ ਹੁਣ ਤੁਸੀਂ ਤਾਂ ਖਾਣਾ ਕੁਛ ਹੈ ਨਹੀਂ ਬਾਹਰੋਂ ਡੱਫ ਕੇ ਆਏ ਤੇ ਮੈਂ ਵੀ ਹੁਣ ਸੋ ਹੀ ਜਾਣੀ ਤੁਸੀਂ ਬੈੱਡ ਤੋਂ ਮੈਂ ਚੇਂਜ ਕਰਕੇ ਆਈ ਓਹੋ ਓ ਮੇਰੀ ਗੱਲ ਸੁਣੋ ਪਰ ਇੱਕ ਗੱਲ ਸਮਝ ਨੀ ਆਉਂਦੀ ਅਸੀਂ ਕਰਨਾ ਕੀ ਆ ਚਲੋ ਕੋਈ ਗੱਲ ਨੀ ਨੀਚੇ ਸੋ ਜਾਂਦੇ ਆ ਨਾਲੇ ਆਪਾਂ ਨੂੰ ਕਿਹੜਾ ਕੋਈ ਫਰਕ ਪੈਂਦਾ ਆ ਕੋਈ ਗੱਲ ਨੀ ਅਸੀਂ ਨੀਚੇ ਸੋ ਜਾਂਦੇ ਆ ਸੋਈਏ ਵੀ ਕਿੱਦਾਂ ਹੁਣ ਠੰਡ ਵੀ ਬਹੁਤ ਹੋ ਗਈ ਆ ਕੰਬਲ ਤਾਂ ਦੇ ਜਾਂਦੇ ਚਲੋ ਕੋਈ ਗੱਲ ਨੀ ਨਾ ਦਿਓ ਕੰਬਲ ਝਾੜੂ ਕਿੰਨੇ ਰੱਖ ਦਿੱਤਾ ਇੱਕ ਤਾਂ ਇਹ ਵੀ ਹਰ ਵੇਲੇ ਤਿਆਰ ਰਹਿੰਦਾ ਆ ਹੁਣ ਸੋ ਜਾਂਦੇ ਆ ਤਾਲਾ ਕਿੱਥੇ ਗਿਆ ਚੱਪਲ ਨੂੰ ਤਾਲਾ ਲਾ ਦੀਏ ਕਿਉਂਕਿ ਚੱਕ ਕੇ ਨਾ ਲੈ ਜਾਵੇ ਕੱਲ ਜਿੱਦੇ ਹੋਰਾਂ ਕਿ ਵੀ ਚੱਪਲ ਚੱਕ ਕੇ ਲੈ ਗਏ ਸੀ ਤਾਲਾ ਲਾ ਦੀਏ ਇਹ